ਅਕਾਲੀ ਦਲ ਦੇ ਸੀਨੀਅਰ ਲੀਡਰ ਦਿਆਲ ਸਿੰਘ ਕੋਲਿਆਂਵਾਲੀ ਨੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਪਾਣੀ ਦਾ ਬੁਲਬਲਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਜੂਦ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਖਤਮ ਹੋ ਜਾਵੇਗਾ। ਇਸ ਮੌਕੇ ਦਿਆਲ ਸਿੰਘ ਕੋਲਿਆਂਵਾਲੀ ਨੇ ਲੀਡਰਾਂ ਦੀ ਦਲ ਬਦਲੀ ਉੱਤੇ ਵੀ ਖੂਬ ਨਿਸ਼ਾਨੇ ਸਾਧੇ। ਆਮ ਆਦਮੀ ਪਾਰਟੀ ਨਾ ਤਾਂ ਕੋਈ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਘੰਟੀ ਹੈ। ਇੱਕ ਜਿਵੇਂ ਪਾਣੀ ਦਾ ਬੁਲਬੁਲਾ ਹੁੰਦਾ ਨਾ, ਬੁਲਬੁਲਾ ਚੱਲਦਾ ਥੋੜ੍ਹੀ ਦੇਰ ਚੱਲਦਾ, ਉਹਦੇ ਬਾਅਦ ਪੁੱਜ ਜਾਂਦਾ। ਇਸ ਕਰਕੇ ਜੋ ਪੰਜਾਬ ਸਰਕਾਰ ਨੇ ਡਿਵੈਲਪਮੈਂਟ ਕੀਤੀ ਹੈ, ਸਾਹਿਬ ਸੁਖਬੀਰ ਸਿੰਘ ਜੀ ਬਾਦਲ ਡਿਪਟੀ ਮੁੱਖ ਮੰਤਰੀ ਪੰਜਾਬ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ, ਜਿਨ੍ਹਾਂ ਨੇ ਡਿਵੈਲਪਮੈਂਟ ਕੀਤੀ ਹੈ, ਔਰ ਮੁੜ ਤੋਂ ਹੀ ਜੋ ਸੰਗਤ ਦਰਸ਼ਨ ਕਰਕੇ ਔਰ ਜੋ ਹਰ ਹਲਕੇ ਵਿੱਚ ਜਾ ਕੇ ਉਹ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ, ਮੁਸ਼ਕਲਾਂ ਦੇ ਹੱਲ ਕਰ ਰਹੇ ਨੇ, ਉਹਨਾਂ ਨੂੰ ਦੇਖ ਕੇ ਆਮ ਆਦਮੀ ਇੱਕ ਉਬਾਲ ਵਿੱਚ ਆਈਏ ਅਤੇ ਉਹਨਾਂ ਦਾ ਬੁਲਬੁਲ ਵਾਂਗੂ ਇਹਨਾਂ ਨੇ ਡੁੱਬ ਜਾਣਾ ਹੈ। ਕੋਈ ਇਹਨਾਂ ਦਾ ਹਦਾਰ ਨਹੀਂ ਹੈ ਪੰਜਾਬ ਵਿੱਚ, ਕੋਈ ਟੱਕਰ ਵਾਲੀ ਗੱਲ ਨਹੀਂ ਗੀ ਜੀ। ਪਿਛਲੀ ਵਾਰ ਜੋ 4 ਸੀਟਾਂ 'ਤੇ ਮਿਸ ਹੋਈ ਸੀ, ਉਹ ਲੋਕਲ ਲੀਡਰਸ਼ਿਪ ਦੀ ਕੋਈ ਮਤਲਬ ਨਾਰਾਜ਼ਗੀ ਵਾਸਤੇ ਜਾਂ ਲੋਕਾਂ ਦੀ ਇਸ ਨਾਰਾਜ਼ਗੀ ਸੀ, ਉਹਨਾਂ ਨੇ ਦੇਖ ਲਿਆ ਹੈ 4 ਸੀਟਾਂ ਜਿਤਾ ਕੇ। ਬਹੁਤ ਪਛਤਾਤਾਪ ਕਰ ਰਹੇ ਨੇ ਜੋ ਲੋਕ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ, ਔਰ ਜੋ ਇਹਨਾਂ ਦੇ ਨਾਲ ਤੁਰੇ ਵੀ ਨੇ ਉਹ ਵਾਪਸ ਆ ਗਏ ਨੇ। ਅਸੀਂ ਵੀ ਸਾਰੇ ਪਿੰਡਾਂ 'ਚ ਵਿਚਰਦੇ ਹਾਂ ਅਤੇ ਕੋਈ ਇਹਨਾਂ ਦਾ ਹਦਾਰ ਨਹੀਂ ਗਾ, ਨਾ ਕੋਈ ਹਦਾਰ ਰਹਿਣ ਵਾਲਾ।